ਲਾਇਸੈਂਸ ਪਿੰਡ ਚ ਸਾਰਿਆਂ ਕੋਲੇ ਹੋਣਾ ਚਾਹੀਦਾ ਹੈਗਾ ਹਥਿਆਰ ਦਾ ਲਾਇਸੈਂਸ ਕਿਉਂਕਿ ਤੁਹਾਡੇ ਗਾਣੇ ਦੇ ਹਥਿਆਰ ਬੜੇ ਨੇ ਅੜਦਾ ਪੱਕੇ ਬਣੇ ਹੋਏ ਜੀ ਲਾਂ ਤੇ ਪਿੰਡ ਮੂਸਾ ਸਾਡਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਫਿਰ ਤੋਂ ਹਾਜ਼ਰ ਹੋਇਆ ਇੱਕ ਨਵੀਂ ਅਪਡੇਟ ਦੇ ਨਾਲ ਜਿਵੇਂ ਕਿ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਗੀਤ ਦੀ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਰਹਿੰਦੀ ਹੈ ਉਵੇਂ ਹੀ ਇਹ ਸਿੱਧੂ ਮੂਸੇਵਾਲਾ ਵੀ ਇਹ ਗੱਲ ਜਾਣਦੇ ਹੋਏ ਆਏ ਦਿਨ ਇੱਕ ਨਵਾਂ ਗੀਤ ਲੈ ਕੇ ਪੇਸ਼ ਹੁੰਦੇ ਨੇ ਇਸ ਵਾਰ ਜੋ ਗੀਤ ਸਿੱਧੂ ਮੂਸੇਵਾਲਾ ਦੇ ਵੱਲੋਂ ਆ ਰਿਹਾ ਹੈ ਉਸਦਾ ਦਰਸ਼ਕਾਂ ਨੂੰ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀ ਆਖਿਰਕਾਰ ਉਸ ਗੀਤ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ ਮਾਈ ਬਲੌਕ ਅਤੇ ਇਹ ਆ ਰਿਹਾ ਹੈ ਸਾਗਾ ਮਿਊਜ਼ਿਕ ਦੇ ਵੱਲੋਂ ਅਤੇ ਇਸ ਗੀਤ ਦੇ ਸਿੰਗਰ ਲਾਇਰਿਕਸ ਅਤੇ ਕੰਪੋਜ਼ਰ ਨੇ ਸਿੱਧੂ ਮੂਸੇਵਾਲਾ ਅਤੇ 20 ਅਗਸਤ ਨੂੰ ਇਹ ਗੀਤ ਸਾਗਾ ਮਿਊਜ਼ਿਕ ਦੇ ਚੈਨਲ ਤੋਂ ਰਿਲੀਜ਼ ਹੋਵੇਗਾ ਤੇ ਇਸ ਗੀਤ ਦੀ ਵੀਡੀਓ ਦੇ ਨਾਲ ਕਾਫੀ ਕੰਟਰੋਵਰਸੀ ਜੁੜੀਆਂ ਹੋਈਆਂ ਨੇ ਕੁਝ ਟਾਈਮ ਪਹਿਲਾਂ ਸਨੀ ਮਾਲਟਨ ਅਤੇ ਬਿਗਬਰਡ ਦੇ ਵੱਲੋਂ ਇਸ ਗੀਤ ਦੇ ਉੱਪਰ ਕਾਫੀ ਵਿਵਾਦ ਕੀਤਾ ਗਿਆ ਸੀ ਯਾਦ ਹੈ ਜੋ ਲੱਸੀ ਪੀ ਜਾਂਦਾ ਸੀਗਾ ਬੁੱਲ ਚੱਟੀ ਜਾਂਦਾ ਸੀ ਬਾਅਦ ਅਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਚਰਚਾ ਅਤੇ ਵਿਵਾਦ ਹੋਣ ਤੋਂ ਬਾਅਦ ਵੀ ਇਹ ਗੀਤ 20 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦੱਸ ਦਈਏ ਕਿ ਅੱਜ ਸਿੱਧੂ ਮੂਸੇਵਾਲਾ ਨੇ 14 ਅਗਸਤ ਸਵੇਰੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਕਿ ਅੱਜ ਸ਼ਾਮ ਨੂੰ 6 ਵਜੇ ਇੱਕ ਜ਼ਰੂਰੀ ਇਨਫੋਰਮੇਸ਼ਨ ਪਾਸ ਕੀਤੀ ਜਾਵੇਗੀ ਇਹ ਹੋ ਸਕਦਾ ਹੈ ਕਿ ਉਹਨਾਂ ਦਾ ਕੋਈ ਆ ਰਿਹਾ ਨਵਾਂ ਗੀਤ ਹੋਵੇ ਜਾਂ ਫਿਰ ਕਿਸੇ ਗੀਤ ਦਾ ਟੀਜ਼ਰ ਹੋਵੇ ਇਸ ਪੋਸਟ ਨੂੰ ਦੇਖਦੇ ਹੀ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਆਪਣੀ ਨਿਗਾਹ ਕੜੀ ਦੇ ਉੱਪਰ ਟਿਕਾ ਲਈ ਹੈ ਹੁਣ ਦੇਖਿਆ ਇਹ ਹੋਵੇਗਾ ਕਿ ਸ਼ਾਮ ਨੂੰ 6 ਵਜੇ ਕੀ ਆ ਰਿਹਾ ਹੈ ਜਾਂ ਕੋਈ ਸੌਂਗ ਆ ਰਿਹਾ ਹੈ ਜਾਂ ਫਿਰ ਕੋਈ ਟੀਜ਼ਰ ਆ ਰਿਹਾ ਹੈ ਇਹ ਤਾਂ ਸ਼ਾਮ ਨੂੰ 6 ਵਜੇ ਹੀ ਪਤਾ ਲੱਗੇਗਾ